ਇੱਦਾਂ ਸਾਰੇ। ਹੋਰ ਸੁਣਾਓ ਠੀਕ ਆ? ਮੈਂ ਭੂਤਾਂ ਵੇਖਦੇ ਰਾਤ ਨੂੰ 2:40 ਦਾ ਟਾਈਮ ਆ, ਇੱਕ ਮੈਂ ਹੈ ਇਕੱਲਾ ਜਿਵੇਂ ਨਾਲ, ਇੱਕ ਮੇਰੇ ਕੋਲ ਫੋਨ ਵੀ ਇੱਕ ਹੀ ਆ, ਦੂਜਾ ਫੋਨ ਤਾਂ ਘਰੇ ਰੱਖਿਆ, ਉਹ ਤਾਂ ਫਿਰ ਵਾਈਫਾਈ ਨਾਲ ਚਲਾਉਣਾ ਪੈਂਦਾ। ਮੈਂ ਤਾਂ ਉੱਧਰ ਵੀਡੀਓ ਬਣਾ ਗਿਆ ਸੀ, ਜੈਪੁਰ ਇੱਕ ਖਾਡੂ ਖਾਡੂ ਸ਼ਹਿਰ ਆ, ਨਾਲ ਹੀ 100 ਕਿਲੋਮੀਟਰ ਦੂਰ, ਮੈਨੂੰ ਕਹਿਣਾ ਨਹੀਂ ਆਉਂਦਾ। ਉੱਥੇ ਕਹਿੰਦੇ 25 ਲੱਖ ਭੀੜ ਸੀ ਐਤਕੀ, ਮੁੰਡੇ ਨਾਲ ਦੇ ਸੀ, ਉਹਨਾਂ ਨੇ ਮੱਥੋਂ ਮੱਥਾ ਟੇਕ ਸੀਗਾ। ਅਤੇ ਮੈਂ ਵੀ ਹਜੇ ਝੰਡਾ ਫੋਨ ਹੀ ਲਾ ਕੇ ਉਹਨਾਂ ਨੂੰ ਦਿੱਤਾ, ਉਹ ਤਾਂ ਕਹਿੰਦੇ ਸੀ ਲਾਈ ਦਾ ਫੋਨ ਲਾ ਲਓ ਤੁਸੀਂ। ਅਤੇ ਉੱਥੇ ਇੱਕ ਕਿਲ੍ਹਾ ਹੈਗਾ ਸੀਗਾ, ਉੱਥੇ ਬਣਾਉਣੀ ਸੀ, ਅਤੇ ਉੱਥੇ ਕਹਿੰਦੇ ਐਤਕੀ 25 ਲੱਖ ਭੀੜ ਸੀਗੀ, ਅਤੇ ਇਸ ਤੋਂ ਪਿਛਲੀ ਵਾਰ 40 ਲੱਖ ਜਣਾ ਇਕੱਠਾ ਹੋਇਆ ਸੀ। ਰਾਤ ਦੇ 2:40 ਹੋਏ, ਆਹੀ ਟਾਈਮ ਇਹਨਾਂ ਦਾ ਹੁੰਦਾ ਵੈਸੇ, ਪਿਛਲੇ 6-7 ਸਾਲੀ ਮੈਂ ਤਾਂ ਨਹੀਂ ਦੇਖਦਾ ਹੁੰਦਾ ਜਦੋਂ ਮੈਂ ਇਕੱਲਾ ਹੋਣਾ, ਹੈ ਇਕੱਲਾ ਮੇਰੇ ਨਾਲ ਕੋਈ ਹੁੰਦਾ ਨਾ। ਅਤੇ ਆਹ ਵੇਖੋ ਹੁਣ ਮੈਂ ਟਾਈਮ ਦਿਖਾ ਦੇਣਾ ਸੀ ਕਿੰਨਾ, ਸਿੱਧਾ ਤਾਂ ਨਹੀਂ ਆ ਗਿਆ। ਅੱਗੇ ਨਹੀਂ ਮੈਨੂੰ ਕੋਈ ਡਰ ਡੁਰ ਲੱਗਦਾ, ਜਮਾਂ ਇੱਕ ਕੰਮ ਸੱਦਾ ਤਰਾ ਜਮਾਂ ਅੱਗੇ ਕਰਵਾ ਲਓ ਵੇਖ ਲਓ ਕੰਮ, ਪਰ ਪਿੱਛੇ ਨਹੀਂ ਮੈਂ ਵੇਖਦਾ ਡਰਦਾ। ਮੈਨੂੰ ਇੱਦਾਂ ਹੁੰਦਾ ਵੀ ਪਿੱਛੇ ਕੋਈ ਬੈਠਾ ਹੋਵੇ ਅਤੇ ਜਾਂ ਕੋਈ ਪਿੱਛੇ ਮੈਨੂੰ ਵੇਖਦਾ ਪਿਆ ਹੋਵੇ। ਘਰ ਦੇ ਸਾਡੇ ਕਹਿੰਦੇ ਖੜ ਕੇ ਵੀਡੀਓ ਨਾ ਹੋਣੀ, ਘਰੇ ਨਹੀਂ ਤਾਂ ਕਿਤੇ ਹੋਰ ਪਹਿਲਾਂ ਪੈਂਦਾ, ਇਹੋ ਜਿਹੀਆਂ ਥਾਵਾਂ 'ਤੇ ਕਹਿੰਦੇ ਤਾਂ ਹੈਗੇ, ਪਰ ਆਪਾਂ ਤਾਂ ਵੇਖਿਆ ਵੀ ਕਿਉਂ ਨਹੀਂ ਆਈ ਤੱਕ। ਪਰ ਉੱਥੇ ਕਿਲ੍ਹੇ ਵਿੱਚ ਕਹਿੰਦੇ ਸੀ ਵੜਨ ਦੇ ਦੇਣਾ ਸੀਗਾ, ਜੋ ਕਿਲ੍ਹੇ ਵਿੱਚ ਜਾ ਵੜ ਦੇਣਾ ਵਧੀਆ ਸੀਗਾ। ਕਿਲ੍ਹਾ 250-250 ਸਾਲ ਪੁਰਾਣਾ ਸੀ ਜੈਪੁਰ, ਅਤੇ ਇੱਕ ਪਹਾੜੀ ਦੇ ਉੱਤੇ ਕਿਲ੍ਹਾ ਸੀਗਾ ਕਹਿੰਦੇ, ਉੱਥੇ ਵੀ ਕਹਿੰਦੇ ਸੀ, ਪਰ ਜਾਣ ਨਾਲ ਦੇ ਨਹੀਂ ਗਏ। ਵੈਸੇ ਮੈਂ ਬਣਾਇਆ ਕਰਨੀ ਆ ਵੀਡੀਓ, ਬਹੁਤ ਜ਼ਿਆਦਾ ਇਹੀ ਬਣਾਉਣੀ ਆ ਵੀਡੀਓ, ਫਿਰ ਐਡਿਟ ਕਰਕੇ ਨਾ ਵਧੀਆ ਵਧੀਆ ਢੰਗ ਨਾਲ ਪਾਏਗਾ, ਫਿਰ ਬਣਾਉਣੀਆਂ ਨਹੀਂ ਆਉਣੀਆਂ। ਮੈਨੂੰ ਨਾਲ ਦਾ ਮੁੰਡਾ ਕਹਿੰਦਾ ਸੀ ਮੈਂ ਆਪੇ ਐਡਿਟ ਕਰ ਦਿਆ ਕਰੂੰਗਾ, ਭਰ ਕੇ ਰੱਖ ਦੇ ਇੱਥੇ ਕਿਵੇਂ ਜਾਣਾ ਥੱਲੇ ਡੋਲ। ਮੈਂ ਉਹਨਾਂ ਨੂੰ ਕਹਿੰਦਾ ਜਾਊਂਗਾ ਹੁਣ ਜਾਊਂਗਾ, ਫਿਰ ਵਾਪਸੀ ਜਾਣਾ ਥੋੜ੍ਹੇ ਕੁ ਦਿਨਾਂ ਤੱਕ ਦਿਨ ਜਾਊਂਗਾ। ਟੁੱਟੀ ਮੇਨ ਰੋਡ ਟੁੱਟੀ ਆਪਾਂ ਕੀ ਲੈਣ ਜਾਣਾ, ਆਪਾਂ ਤਾਂ ਰੋਡ 'ਤੇ ਚੜ੍ਹਨਾ ਅੱਜ, ਇੱਥੇ ਹੁਣ ਮੈਂ ਜਾਊਂਗਾ ਉੱਧਰ ਆ ਗਿਆ ਸੀ ਹਿੰਦੀ 'ਚ, ਇੱਕ ਮੁੰਡਾ ਮੇਰੇ ਨਾਲ ਤਾਂ ਕਹਿੰਦਾ ਹਿੰਦੀ 'ਚ ਬੋਲ ਲਿਆ ਕਰ, ਮੈਂ ਕਿਹਾ ਹਿੰਦੀ 'ਚ ਤਾਂ ਬੋਲ ਵੀ ਹੋ ਚੱਕਰ ਹੈਗਾ। ਬਸ ਆਹ ਸ਼ੌਂਕ ਆਪਾਂ ਨੂੰ ਵੀਡੀਓ ਬਣਾਉਣਾ, ਨਵੇਂ ਮੈਂ ਸ਼ੀਸ਼ਾ ਦੂਜੂ ਕੀਤਾ ਤਾਂ ਉਹਨੂੰ ਮੈਨੂੰ ਡਰ ਲੱਗਦਾ ਪਿੱਛੇ ਕੋਈ ਬੈਠਾ ਨਾ ਹੋਵੇ, ਲੈਟ ਛੱਡੀ ਹੈ
ਲੈਟ ਭਾਵੇਂ ਅੰਦਰ ਬੰਦ ਹੀ ਕਰ ਤਾ, ਫਿਰ ਏਦਾਂ ਹੁੰਦਾ ਨਾ ਹਨੇਰੇ ਜਿਹੇ ਵਿੱਚ ਕੋਈ ਬੈਠਾ ਭੁਲੇਖਾ ਜਿਹਾ ਪੈਂਦਾ ਰਹਿੰਦਾ ਹੁੰਦਾ, ਤੁਹਾਨੂੰ ਦਿਮਾਗ ਦਾ ਆਪਣਾ ਥੋਟ ਹੀ ਆ, ਥੋਟ ਹੁੰਦਾ ਬਈ ਪਿੱਛੇ ਵੀ ਬੈਠੋ, ਉਵੇਂ ਕਰਦਾ ਰਹਿੰਦਾ। ਇੱਕ ਮੈਂ ਸਾਰਾ 4 ਘੰਟੇ ਸੁੱਤਾ, ਇੰਨਾ ਟਾਈਮ ਮੈਂ ਸੁੱਤਾ ਨਹੀਂ ਗਾ, ਥੋੜ੍ਹਾ ਟਾਈਮ ਸੁੱਤਾ। ਰਾਤ ਨੂੰ ਵੈਸੇ ਹੀ ਨੀ ਸ਼ੀਸ਼ਾ ਵੇਖੀ ਦਾ, 2-11 ਵਜੇ ਤੋਂ ਬਾਅਦ ਨਾ ਸ਼ੀਸ਼ਾ ਨਾ ਵੇਖੋ, ਕਹਿੰਦੇ ਇਹਨਾਂ ਦੀ ਕਹਿੰਦੇ ਤਾਂ ਹੈਗੇ, ਕਹਿੰਦੇ ਕੱਪੜਾ ਕੁਪੜਾ ਪਾ ਕੇ ਰੱਖਿਆ ਕਰੋ, ਇਹਨਾਂ ਦੀ ਆਦਮੀ ਦੁਨੀਆਂ ਵੈਸੇ 2 ਵਜੇ ਤੱਕ ਕੰਮ ਠੰਡਾ ਹੋ ਜਾਂਦਾ ਭੂਤਾਂ ਦਾ। ਮੈਨੂੰ ਵੈਸੇ ਗੋਸ਼ਟ ਹੀ ਲੱਗਾ, ਮੈਂ ਗੋਸ਼ਟ ਦੀ ਵੀਡੀਓ ਪਾਇਆ ਕਰਨੀ ਆ, ਹੋਰ ਨਹੀਂ ਪਾਇਆ ਕਰਨੀ।
ਗੱਡੀ ਖੁੱਭ ਗਈ ਸੀ ਇੱਕ ਦੀ ਪਿੰਡ ਜਿਹੇ 'ਚ ਵੜ ਕੇ ਉੱਥੇ ਵੀਡੀਓ ਬਣਾਉਣੀ ਸੀ ਸਾਡੇ ਤਾਂ ਬਣ ਗਈ ਭਾ ਦੀ ਉੱਥੇ ਵੀ ਗੱਡੀਆਂ ਕਿਵੇਂ ਕੱਢ ਗਏ ਹੁਣ ਗੱਡੀ ਫਿਰ ਵੀ ਕੱਢੇ ਉਹ ਜਮ੍ਹਾਂ ਬਹਿ ਗਈ ਗੱਡੀ ਉਹਨੇ ਪੈਰ ਹੀ ਹੋਰ ਕਰਤੇ ਉਹ ਪਿੰਡ ਹੀ ਹੋਰ ਮੈਂ ਤਾਂ ਕਹਿੰਦਾ ਭੈਣ ਧੱਕਾ ਲਵਾਇਆ ਧੱਕਾ ਵੀ ਅਸੀਂ ਆਪ ਹੀ ਰਲ ਮਿਲ ਕੇ ਲਾਇਆ ਫਿਰ ਆਹ ਗੱਡੀ ਨਾਲ ਤਾਂ ਚੜੇ ਕੋ ਤਾਂ ਪਹਾੜ ਚੜਾਉਣੀ ਸੀਗੀ ਰੋਡ ਦੇ ਉੱਥੇ ਪਿੰਡ ਜਿਹੇ 'ਚ ਵੜ ਗਏ ਸੀ ਉਹ ਰੋਡ 'ਤੇ ਚੜ੍ਹਨਾ ਸੀ ਨਾਲ ਦਾ ਮੁੰਡਾ ਸੀਗਾ ਫਿਰ ਉਹਨੇ ਚੜ੍ਹਾਈ ਲਾਇਆ ਯਾਰ ਉਹਨੂੰ ਵਾਹਵਾ ਜੱਜਮੈਂਟ ਜਿਹੀ ਆਉਂਦੀ ਸੀ ਰੋਡ 'ਤੇ ਵੇਖਣਾ ਗੌਰ ਨਾਲ ਬਸ ਇੱਦੋਂ ਬਾਅਦ ਆਪਣਾ ਅਗਲੇ ਪਿੰਡ ਆ ਜਾਣਾ ਤੂੰ ਤੂੰ ਮੈਂ ਵੀ ਪੈਣੇ ਹੀ ਬਸ ਇਹੋ ਜਿਹਾ ਕੁੱਤੇ ਉਹ ਚੜ੍ਹ ਜੂ ਉੱਤੇ ਤੁਹਾਡੀ ਗੱਡੀ ਆ ਜਾ ਮੈਨੂੰ ਕਿਵੇਂ ਤੂੰ ਮੇਰਾ ਕੀ ਫੜ ਲੂੰਗਾ ਤੂੰ ਉਹੀ ਗੱਲ ਨਾਲ ਭੱਜਿਆ ਕੁੱਤਾ ਪਿਆ ਗਿਆ ਸੀ ਮੇਰੇ ਗੁਰਦੇ 'ਚ ਹਜੇ ਤੱਕ ਇਨਫੈਕਸ਼ਨ ਦੀ ਗੰਢ ਆ ਮੈਂ ਹਜੇ ਤੱਕ ਭੱਜਿਆ ਉਹਨਾਂ ਨਾਲ ਸ਼ੀਸ਼ੇ ਵੱਲ ਵੇਖ ਕੇ ਡਰ ਲੱਗਦੇ ਹਨੇਰਾ ਬਹੁਤ ਚੀਤਾ ਵੀ ਆ ਗਿਆ ਸੀ ਇੱਕ ਵਾਰੀ ਇੱਥੇ ਪਰ ਗੱਡੀ ਦੇ ਪਿਛਲੀ ਸਾਈਡ ਸੀਟ ਵਾਲੇ ਪਾਸੇ ਮੇਰੇ ਵੇਖਣ ਦੀ ਹਿੰਮਤ ਨਹੀਂ ਪੈਂਦੀ ਵੀ ਕਿਤੇ ਕੋਈ ਬੈਠਾ ਉਹਨਾਂ ਦੇ ਚੁੰਨੀ ਲੈ ਕੇ ਨਾ ਬੈਠਾ ਵੇ ਕੋਈ ਮੇਰੇ ਤਾਂ ਦਿਮਾਗ 'ਚ ਡੈਲ ਹਿੱਲ ਜਾਣੇ ਮੈਂ ਤਾਂ ਇੱਥੇ ਮੈਂਟਲ ਹੋ ਜਾਊਂ ਸਹੀ ਗੱਲ ਹੈ ਫੋਨ ਆਪਾਂ ਦੇ ਕੇ ਤੇ ਆਪਦਾ ਚੈਨਲ ਬਣਾਈਏ ਫਿਰ ਨਜ਼ਾਰਾ ਵੀ ਆ ਜਾਂਦਾ ਨਾ ਵੀਡੀਓ ਫੋਨ ਦਾ ਏਦਾਂ ਚੱਲ ਮੈਂ ਹੁਣ ਵੀਡੀਓ ਬਣਾਉਂਦਾ ਹੁਣ ਚੱਲ ਆਜੂਗਾ ਤੇ ਚੱਲ ਤੁਹਾਨੂੰ ਗੱਲਾਂ ਮਾਰੀ ਗਈ ਇੱਕ ਆਈਫੋਨ 'ਤੇ ਸਮਝ ਨਹੀਂ ਆਉਂਦੀ ਵੀ ਐਡਿਟ ਕਿਵੇਂ ਕਰੀਦੀ ਵੀਡੀਓ ਮੈਂ ਕਦੇ ਇੱਥੇ ਕਾਲੀ 'ਚ ਹੀ ਖੜੀ ਸੀ ਹੁਣ ਨੀਂਦ ਨੇ ਘੁਮਾਇਆ ਪਿਆ ਕੰਮ ਮੇਰਾ ਤਾਂ ਮੈਂ ਹਰਤੇ ਆ ਮੈਂ ਇੱਥੇ ਪਾਈ ਸੀਗੀ ਪਹਿਲੀ ਵੀਡੀਓ ਸੱਚ ਇੱਦਾਂ ਤੁਰਿਆ ਜਾਂਦਾ ਗੋਸਟ ਪਾਇਆ ਸੀਗੀ ਇੱਥੋਂ ਕਹਿੰਦੇ ਹੈਗੇ ਆ ਹੈਗਾ ਕਹਿੰਦੇ ਆ ਬਾਈ ਹੈਗਾ ਲੱਗ ਚੱਲੀ ਸੀ ਬੜੀ ਚੱਕ ਕੇ ਮੇਰੇ ਸਕੂਲ 'ਚ ਲਾ ਦੀਆਂ ਲਾਈਟਾਂ
36 ਐਵਰੇਜ ਕਿੰਨੀ ਨਿਕਲੀ? ਐਵਰੇਜ ਨਿਕਲੀ 18.7 ਦੀ, 5500 ਦਾ ਖਾ ਗਈ। ਰੈਟਾ ਦੀ ਐਵਰੇਜ ਵਧੀਆ 5500 ਨਾ ਮੁੜੇ ਹੀ ਮੁਰਗੀ ਚਾਹੀਦੀ, ਕੁਛ ਫਿਰ ਵੀ ਹੈਗਾ ਵਿੱਚ 82 ਕਿਲੋਮੀਟਰ ਚੱਲੂਗੀ ਗੱਡੀ ਹੋਰ। ਚਲੋ ਜੀ ਆ ਗਏ ਪਿੰਡ ਅਤੇ ਘਰਦਿਆਂ ਨੂੰ ਲਾਈਏ ਫੋਨ, ਓਪਨ ਦਾ ਡੋਰ। ਘਰ ਵੀ ਡਰ ਲੱਗਦਾ ਆਉਂਦੇ, ਕਵਰੇਜ ਤਾਂ ਕੱਲੇ ਨੇ ਥੋੜ੍ਹਾ ਪੈਣਾ, ਦੂਜੀ ਸਾਈਡ ਪੈਣਾ ਨਾ ਨਜ਼ਾਰਾ। ਪਰ ਅੱਜ ਸੌਣ ਦਾ ਨਜ਼ਾਰਾ ਨੀਂਦ ਚੜੀ ਸੀ ਮੇਰੇ ਦਿਮਾਗ ਨੂੰ ਪੂਰੀ, ਚੱਲ 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 ਪੂਰਾ ਪੂਰਾ ਥਾਂ ਗਲੀ ਮੇਰੀ ਦਾ ਗਲੀ ਦਾ ਗਲੀ ਦਾ ਗਲੀ ਦਾ ਗਲੀ ਦਾ ਆ ਗਿਆ ਘਰ ਸੀਟ ਜੀ ਬੜਾ ਡਰਾਉਂਦੀ ਆ, ਪਰਲੀ ਸਾਈਡ ਸੀਟ ਜੀ ਨੀ ਹੈਗੀ, ਉਹ ਮੈਂ ਕਿਤੇ ਭੈਣ ਕੋਈ ਸੀ ਜਗ੍ਹਾ ਨੀ ਦੇਖੀ ਜਾਂਦੀ। ਚਲੋ ਓਕੇ ਬਾਏ ਟਾਟਾ, 15 ਕੇ ਕਰ ਦੋ ਜੀ ਜਲਦੀ ਤੋਂ ਜਲਦੀ।